ਮੈਨੂੰ ਕਹਿੰਦੇ ਯੂ ਆਰ ਸਿੱਧੂ ਮੂਸੇ ਵਾਲਾ, ਮੈਂ ਕਿਹਾ ਯੈਸ। ਕਹਿੰਦੀ ਮੈਨੂੰ ਤਾਂ ਕਿਸੇ ਨੇ ਕਿਹਾ ਸੀ ਵੀ ਉਹ ਲੈਜੈਂਡ ਹੈ, ਓਲਡ ਹੋਣਾ ਬਹੁਤ। ਮੈਂ ਕਿਹਾ ਜੀ ਇੱਥੇ ਸਾਡੇ ਨਿਆਣੀ ਲੈਜੈਂਡ ਹੁੰਦੇ ਆ। ਕਹਿੰਦਾ ਜੀ ਹਰੇਕ 20 ਸਾਲ ਦਾ ਜਵਾਕ ਇੱਥੇ ਲੈਜੈਂਡ ਦਾਰੂ ਪੀ ਕੇ ਘਰ ਦੇ ਨੂੰ ਗਾਲਾਂ ਕੱਢਦਾ, ਉਹਨੂੰ ਤੁਸੀਂ ਕਿਵੇਂ ਲੈਜੈਂਡ ਕਹਿ ਸਕਦੇ? ਲੈਜੈਂਡ ਸੁਣਨਾ ਕਿ ਲੈਜੈਂਡ ਸੁਣਨਾ ਲੈਜੈਂਡ। ਚਲੋ ਫਿਰ ਲੈਜੈਂਡ ਸੁਣਾ ਦਿੰਦੇ ਆ। 20 ਸਾਲ ਤੈਨੂੰ ਕਹਿੰਦੀ ਮੈਨੂੰ ਮੂਨ ਚਾਹੀਦਾ ਬਾਈ, ਮੂਨ ਸਹੀ ਗਿਆ। ਪੰਜਾਬੀ ਬੰਦੇ ਨਾ ਆਪਾਂ ਭਾਈ ਕੀ ਕਰੀਏ, ਅੰਗਰੇਜ਼ੀ ਥੋੜਾ ਹੱਥ ਪੈ ਗਿਆ। ਪੰਜਾਬੀ ਮੇਰੀ ਮਾਂ ਬੋਲੀ, ਮੇਰੀ ਲੈਜੈਂਡ ਹਰੀ ਸਿੰਘ ਗੜੂਆ, ਜੱਸਾ ਸਿੰਘ ਰਾਮਗੜੀਆ, ਬਾਬਾ ਦੀਪ ਸਿੰਘ, ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦੇ ਮੇਰੀ ਲੈਜੈਂਡ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਿੱਧੂ ਮੂਸੇਵਾਲਾ ਅਕਸਰ ਆਪਣੇ ਗੀਤਾਂ ਤੇ ਵਿਰੋਧੀਆਂ ਨੂੰ ਸਟੇਜ ਤੇ ਜਵਾਬ ਦੇਣ ਕਰਕੇ ਅਕਸਰ ਹੀ ਚਰਚਾ ਵਿੱਚ ਰਹਿੰਦਾ ਹੈ। ਇਸੇ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਪ੍ਰੀਤ ਹਰਪਾਲ ਦਾ ਮਾਮਲਾ ਕਾਫੀ ਭਗਿਆ ਹੋਇਆ ਹੈ। ਜਿਸ ਤਰ੍ਹਾਂ ਅਸੀਂ ਪਿਛਲੀ ਵੀਡੀਓ ਵਿੱਚ ਤੁਹਾਨੂੰ ਦਿਖਾਇਆ ਸੀ ਕਿ ਪ੍ਰੀਤ ਹਰਪਾਲ ਵੱਲੋਂ ਇੰਸਟਾਗ੍ਰਾਮ ਤੇ ਇੱਕ ਫੋਟੋ ਅਪਲੋਡ ਕਰ ਉਸਦੀ ਕੈਪਸ਼ਨ ਵਿੱਚ ਵੀ ਲਿਖਿਆ ਸੀ ਕਿ ਮੂਸੇਵਾਲੇ ਨੂੰ ਸਟੇਜ ਸ਼ੋਅ ਦਾ ਰਿਪਲਾਈ ਉਹ ਸਟੇਜ ਸ਼ੋਅ ਉੱਪਰ ਹੀ ਦੇਵੇਗਾ। ਅਜਿਹਾ ਹੀ ਹੋਇਆ ਪ੍ਰੀਤ ਹਰਪਾਲ ਦੇ ਇੱਕ ਸ਼ੋਅ ਦੌਰਾਨ, ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ। ਮੇਰੀਆਂ ਨਜ਼ਰਾਂ ਦੇ ਵਿੱਚ ਜਿਹੜਾ ਲੈਜੈਂਡ, ਉਹ ਲਿਖਣੀ ਲੈਜੈਂਡ ਬਾਈ, ਇੱਕ ਗੱਲ ਕਹਿ ਦਿਆਂ, ਪੰਜਾਬੀ ਮੇਰੀ ਮਾਂ ਬੋਲੀ ਆ, ਬਾਕੀਆਂ ਤੇ ਮੈਂ ਮਾਰਦਾ ਨੀ, ਠੀਕ ਹੈ? ਉਹਦੇ ਵਿੱਚ ਕੋਈ ਗੜਬੜ ਹੈਗੀ ਤਾਂ ਦੱਸੋ। ਬਾਕੀ ਗੱਲ ਲੈਜੈਂਡ ਦੀ ਕਰੀਏ, ਮੇਰੇ ਲਈ ਲੈਜੈਂਡ ਭਗਤ ਸਿੰਘ, ਸਰਦਾਰ ਭਗਤ ਸਿੰਘ, ਮੇਰੀ ਲੈਜੈਂਡ ਕਰਤਾਰ ਸਿੰਘ ਸਰਾਭਾ, ਮੇਰੇ ਲਈ ਲੈਜੈਂਡ ਸੁਭਾਸ਼ ਚੰਦਰ ਬੋਸ, ਮੇਰੇ ਲਈ ਲੈਜੈਂਡ ਹਰੀ ਸਿੰਘ ਗੜੂਆ, ਜੱਸਾ ਸਿੰਘ ਰਾਮਗੜੀਆ, ਬਾਬਾ ਦੀਪ ਸਿੰਘ, ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦੇ ਮੇਰੇ ਲਈ ਲੈਜੈਂਡ ਨੇ ਬਾਈ। ਗੁੱਸਾ ਨਾ ਕਰਿਓ, ਕਲਾਕਾਰ ਕਦੇ ਕੋਈ ਲੈਜੈਂਡ ਨਹੀਂ ਹੁੰਦਾ ਬਾਈ, ਇਹ ਧਿਆਨ ਨਾਲ ਸੁਣ ਲਿਓ। ਕਲਾਕਾਰ ਆਪਣੀਆਂ ਕੋਠੀਆਂ ਬਣਾਉਂਦੇ, ਕਾਰਾਂ ਬਣਾਉਂਦੇ ਬਾਈ, ਕਿਸੇ ਦੀ ਕੁਛ ਨਹੀਂ ਕਰਦੇ। ਈਵਨ ਆਪਣੇ ਇਲਾਕੇ ਦੀਆਂ ਕੋਈ ਗਰੀਬ ਚਾਰ ਕੁੜੀਆਂ ਦਾ ਵਿਆਹ ਵੀ ਨਹੀਂ ਕਦੀ ਤੁਸੀਂ ਸੁਣਿਆ ਹੋਣਾ ਕਿਸੇ ਕਲਾਕਾਰ ਨੇ। ਇਸ ਕਰਕੇ ਕਲਾਕਾਰਾਂ ਨੂੰ ਪਿੱਛੇ ਮੈਂ ਵੀ ਹਾਂ ਬਾਈ, ਭੂਏ ਚੜ੍ਹਾਉਣ ਦੀ ਕੋਈ ਲੋੜ ਨਹੀਂ, ਆਪਣੇ ਗਾਣੇ ਗੁਣੇ ਸੁਣਿਆ ਕਰੋ, ਨਜ਼ਾਰੇ ਲਿਆ ਕਰੋ ਬਸ। ਸਭ ਤੋਂ ਉੱਪਰ ਤੁਸੀਂ ਹੋ, ਸਭ ਤੋਂ ਉੱਪਰ ਤੁਸੀਂ ਸਾਡੇ ਸਾਰੇ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੇ ਕਮੈਂਟ ਕਰ ਜ਼ਰੂਰ ਦੱਸਣਾ ਕਿ ਤੁਹਾਨੂੰ ਸਿੱਧੂ ਮੂਸੇਵਾਲਾ ਤੇ ਪ੍ਰੀਤ ਹਰਪਾਲ ਵਿੱਚੋਂ ਕੌਣ ਸਹੀ ਲੱਗਦਾ ਹੈ ਤੇ ਤੁਸੀਂ ਕਿਸ ਦੇ ਫੈਨ ਹੋ। ਇਸ ਦੇ ਨਾਲ ਇਸ ਤਰ੍ਹਾਂ ਦੀਆਂ ਹਰ ਨਵੀਆਂ ਵੀਡੀਓਜ਼ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।